ਵੇਲਾ ਆ ਗਿਆ ਹੈ ਦਾਦੀ ਜੁਦਾਈ ਦਾ, ਅਸਾਂ ਅੱਜ ਮੁੜ ਕੇ ਆਉਣਾ ਨਹੀਂ, ਤੈਨੂੰ ਦੱਸੀਏ ਕਿਵੇਂ ਕੀ ਹੋਣਾ ਏ, ਤੇਰੀ ਅੱਖੀਆਂ ਨੂੰ ਅਸੀਂ ਰੁਲਾਉਣਾ ਨਹੀਂ। ਤੁਹਾਨੂੰ ਦੱਸ ਦਈਏ ਜਦੋਂ ਇਹ ਕੀਰਤਨ ਚੱਲਦਾ ਹੈ ਹਰ ਸੰਗਤ ਦੀਆਂ ਜਿਹੜੀਆਂ ਅੱਖਾਂ ਉਹ ਨਮ ਹੋ ਜਾਂਦੀਆਂ। ਜਦੋਂ 21 ਤੋਂ ਲੈ ਕੇ 28 ਤਰੀਕ ਤੱਕ ਦੇ ਜਦੋਂ ਦਿਨ ਆਉਂਦੇ, ਇਹ ਸ਼ਹੀਦਾਂ ਦੇ ਦਿਨ ਹੁੰਦੇ ਨੇ। ਪਿਛਲੇ 3 ਸਾਲਾਂ ਤੋਂ ਲਗਾਤਾਰ ਲੁਧਿਆਣੇ ਤੋਂ ਲੈ ਕੇ ਵੇਰਕਾ ਮਿਲਕ ਪਲਾਂਟ ਤੋਂ ਲੈ ਕੇ ਦਰਾਹੇ ਤੱਕ ਜਿੱਥੇ ਵੀ ਕਿਸੇ ਦੀ ਫਤਿਹਗੜ੍ਹ ਸਾਹਿਬ ਜਾਣ ਵਾਲੀਆਂ ਸੰਗਤਾਂ ਦੀ ਗੱਡੀ ਖਰਾਬ ਹੁੰਦੀ ਹੈ, ਉੱਥੇ ਪਹੁੰਚ ਕਰਕੇ ਗੱਡੀ ਠੀਕ ਕੀਤੀ ਜਾਵੇ। ਅੱਜ ਦੇ ਦਿਨ ਦੇ ਵਿੱਚ ਘੱਟੋ ਘੱਟ 20 ਫੋਨ ਆ ਚੁੱਕੇ ਹੋਣੇ ਮੈਨੂੰ ਵੀ ਅਸੀਂ ਆਪਣਾ ਗੱਡੀ ਠੀਕ ਕਰਾਉਣੀ ਹੈ, ਇੱਦਾਂ ਕਰਨਾ ਹੈ। ਸਾਰਿਆਂ ਨੇ ਆਪਣਾ ਫੋਨ ਆ ਚੁੱਕੇ 20 ਤੋਂ 25। ਅੱਜ ਮੈਨੂੰ ਇੱਕ ਮੋਗੇ ਤੋਂ ਪਤਾ ਨਹੀਂ ਕਲਾ ਨੂੰ ਮੈਨੂੰ ਫੋਨ ਆਇਆ। ਤੇ ਸਾਨੂੰ ਰਾਤ ਨੂੰ ਕਦੇ ਕਾਲ ਵੀ ਆਉਂਦਾ, ਸਾਨੂੰ ਇਹ ਨਹੀਂ ਲੱਗਦਾ ਕਿ ਕਾਲ ਆ ਗਈ। ਅਸੀਂ ਵੈਸੇ ਵੀ ਹੱਸਦੇ ਖੇਡਦੇ ਬੈਠੇ ਗੱਲਾਂ ਮਾਰਦੇ ਰਹਿੰਦੇ ਹਾਂ ਤਾਂ ਈਜ਼ੀਲੀ ਸਾਨੂੰ ਕੋਈ ਦਿੱਕਤ ਨਹੀਂ ਹੁੰਦੀ, ਕੋਈ ਇੱਦਾਂ ਦਾ ਨਹੀਂ ਹੈ। ਦੱਸ ਰਾਤ ਨੂੰ ਮਤਲਬ ਈਵਨ ਆਹ ਰੋਡ ਤੁਹਾਡੇ ਸਾਹਮਣੇ ਇੱਥੇ ਹੀ ਆਪਣਾ ਲੰਗਰ ਵੀ ਲੱਗਣਾ, ਪਰ ਇੱਥੋਂ ਹੀ ਸਾਰਿਆਂ ਨੇ ਪਾਸ ਹੋ ਕੇ ਜਾਣਾ ਮੋਗੇ ਬੱਦਲੀ ਦੇ ਜਿੰਨੇ ਵੀ ਸੰਗਤ ਲੰਘਣਾ ਇਹੀ ਰੋਡ ਤੋਂ ਲੰਘਣਾ। ਵੇਲਾ ਆ ਗਿਆ ਹੈ ਦਾਦੀ ਜੁਦਾਈ ਦਾ, ਅਸਾਂ ਅੱਜ ਮੁੜ ਕੇ ਆਉਣਾ ਨਹੀਂ, ਤੈਨੂੰ ਦੱਸੀਏ ਕਿਵੇਂ ਕੀ ਹੋਣਾ ਏ, ਤੇਰੀ ਅੱਖੀਆਂ ਨੂੰ ਅਸੀਂ ਰੁਲਾਉਣਾ ਨਹੀਂ। ਤੁਹਾਨੂੰ ਦੱਸ ਦਈਏ ਜਦੋਂ ਇਹ ਕੀਰਤਨ ਚੱਲਦਾ ਹੈ ਹਰ ਸੰਗਤ ਦੀਆਂ ਜਿਹੜੀਆਂ ਅੱਖਾਂ ਉਹ ਨਮ ਹੋ ਜਾਂਦੀਆਂ। ਸਭ ਤੋਂ ਪਹਿਲਾਂ ਤੁਹਾਨੂੰ ਜਿਹੜੀ ਤਸਵੀਰ ਹੈ ਦਿਖਾ ਦਿੰਦੇ ਹਾਂ। ਅਸੀਂ ਜਦੋਂ 21 ਤੋਂ ਲੈ ਕੇ 28 ਤਰੀਕ ਤੱਕ ਦੇ ਜਦੋਂ ਦਿਨ ਆਉਂਦੇ, ਇਹ ਸ਼ਹੀਦਾਂ ਦੇ ਦਿਨ ਹੁੰਦੇ ਨੇ ਜਿਹੜੇ 4 ਸਾਹਿਬਜ਼ਾਦੇ ਨੇ। ਤੁਹਾਨੂੰ ਦੱਸ ਦਈਏ ਇਸ ਦਿਨਾਂ ਦੇ ਵਿੱਚ ਹਰ ਕੋਈ ਅਲੱਗ ਅਲੱਗ ਢੰਗ ਦੇ ਨਾਲ ਜਿਹੜੀ ਆਪਣੀ ਸੇਵਾ ਕਰਦਾ, ਕੋਈ ਦੁੱਧ ਦਾ ਲੰਗਰ ਲਗਾਉਂਦਾ, ਪਰ ਸਾਡੇ ਨਾਲ ਨੌਜਵਾਨ ਮੌਜੂਦ ਨੇ। ਤੁਹਾਨੂੰ ਦੱਸ ਦਈਏ ਇਹ ਇਹਨਾਂ ਦੇ ਵੱਲੋਂ ਜਿਹੜਾ ਵੱਖਰਾ ਉਪਰਾਲਾ ਕੀਤਾ ਗਿਆ ਅਤੇ ਇਹਨਾਂ ਨਾਲ ਗੱਲਬਾਤ ਵੀ ਜ਼ਰੂਰ ਕਰਾਂਗੇ। ਜਿਹੜੀ ਵੀ ਸੰਗਤ ਗੁਰਦੁਆਰਾ ਫਤਿਹਗੜ੍ਹ ਸਾਹਿਬ ਨੂੰ ਜਾਂਦੀ ਹੈ, ਅਗਰ ਉਹਨਾਂ ਦੀ ਕੋਈ ਗੱਡੀ ਜਾਂ 4-ਵੀਲਰ ਜਾਂ 2-ਵੀਲਰ ਰਸਤੇ ਦੇ ਵਿੱਚ ਖਰਾਬ ਹੋ ਜਾਂਦਾ ਅਤੇ ਇਹਨਾਂ ਵੱਲੋਂ ਉਪਰਾਲਾ ਕੀਤਾ ਗਿਆ, ਉਹ 24 ਘੰਟੇ ਇਹ ਅਵੇਲੇਬਲ ਰਹਿੰਦੇ ਨੇ ਅਤੇ ਫਰੀ ਆਫ ਕੋਸਟ ਹੈ ਜਿਹੜੀ ਗੱਡੀ ਹੈ ਉਹ ਸਹੀ ਕੀਤੀ ਜਾਏਗੀ। ਇਹ ਤੁਹਾਡੇ ਮਨ ਦੇ ਵਿੱਚ ਕਿਵੇਂ ਹੈ ਕਿ ਤੁਸੀਂ ਤਾਂ ਮਤਲਬ ਕਿ ਅਲੱਗ ਤਰੀਕੇ ਜਿਹੜੀ ਸੇਵਾ ਇਹ ਲੈ ਕੇ ਕੀ ਕਹਿਣਾ ਚਾਹੋਗੇ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਿਛਲੇ 3 ਸਾਲਾਂ ਤੋਂ ਲਗਾਤਾਰ ਲੁਧਿਆਣੇ ਤੋਂ ਲੈ ਕੇ ਵੇਰਕਾ ਮਿਲਕ ਪਲਾਂਟ ਤੋਂ ਲੈ ਕੇ ਦਰਾਹੇ ਤੱਕ ਜਿੱਥੇ ਵੀ ਕਿਸੇ ਦੀ ਫਤਿਹਗੜ੍ਹ ਸਾਹਿਬ ਜਾਣ ਵਾਲੀਆਂ ਸੰਗਤਾਂ ਦੀ ਗੱਡੀ ਖਰਾਬ ਹੁੰਦੀ ਹੈ, ਉੱਥੇ ਪਹੁੰਚ ਕਰਕੇ ਗੱਡੀ ਠੀਕ ਕੀਤੀ ਜਾਊ। ਤੇ ਇਹ ਆਪਾਂ ਗੱਲ ਕਰੀਏ ਕਿੰਨੀ ਕੁ ਜਿਹੜੀ ਸੰਗਤ ਹੁਣ ਤੱਕ ਤੁਹਾਡੇ ਕੋਲ ਗੱਡੀ ਜਿਹੜੀ ਸਹੀ ਕਰਾ ਚੁੱਕੀ, ਤੇ ਤੁਹਾਡੇ ਮਨ ਦੇ ਵਿੱਚ ਕਿਵੇਂ ਵਿਚਾਰ ਆਇਆ ਕਿ ਇੱਥੋਂ ਗੱਡੀਆਂ ਲੰਘਦੀਆਂ ਤੇ ਮਤਲਬ ਕਿ ਆਪਾਂ ਸਹੀ ਕਰਨ ਦੇ ਵਿੱਚ 24 ਘੰਟੇ ਆਪਾਂ ਅਵੇਲੇਬਲ ਰਹਾਂਗੇ ਇੱਥੇ? ਵੀਰ ਜੀ, ਸਾਨੂੰ ਤਾਂ ਹਰਮਨ ਮੋਟਰ ਵੱਲੋਂ ਜਿਹੜੀ ਇਹ ਸੇਵਾ ਕੀਤੀ ਜਾ ਰਹੀ ਹੈ, ਹਰਮਨ ਮੋਟਰ ਨੂੰ ਕੱਲ੍ਹ ਵੀ ਇੱਕ ਟਿੱਬੇ ਰੋਡ ਤੋਂ ਫੋਨ ਆਇਆ ਸੀ ਵੀ ਸਾਡੀ ਗੱਡੀ ਖਰਾਬ ਹੋਈ ਹੈ, ਅਤੇ ਉੱਥੇ ਵੀ ਪਹੁੰਚ ਕੀਤੀ ਅਤੇ ਅੱਜ ਸਾਨੂੰ ਦੱਸ ਰਹੇ ਹੈ ਵੀ ਸਾਨੂੰ ਮੋਗੇ ਤੋਂ ਇੱਕ ਸਪੈਸ਼ਲ ਵੀਰ ਦਾ ਫੋਨ ਆਇਆ ਵੀ ਮੇਰੀ ਇੱਦਾਂ ਦਾ ਗੱਡੀ ਖਰਾਬ ਆ ਔਰ ਮੈਂ ਤੁਹਾਡੇ ਕੋਲ ਹੀ ਕਰਾਉਣੀ ਆ। ਬਥੇਰੀ ਸੰਗਤ ਹੈ ਜਿਹੜੀ ਖਰਾਬ, ਜਿਹੜੀ ਕਹਿੰਦੀ ਹੈ ਵੀ ਸਾਡੀ ਗੱਡੀ ਖਰਾਬ ਆ, ਅਸੀਂ ਤੁਹਾਡੇ ਕੋਲ ਠੀਕ ਕਰਾਉਣੀ। ਔਰ ਅਸੀਂ ਦੁਬਾਰਾ ਫਿਰ ਇੱਕ ਵਾਰੀ ਦੱਸਦੇ ਹਾਂ, 21 ਤਰੀਕ ਤੋਂ ਲੈ ਕੇ 28 ਤਰੀਕ ਤੱਕ ਲੁਧਿਆਣਾ ਵੇਰਕਾ ਮਿਲਕ ਪਲਾਂਟ ਤੋਂ ਲੈ ਕੇ ਦਰਾਹੇ ਨਹਿਰ ਤੱਕ ਕਿਸੇ ਵੀਰ ਦੀ ਗੱਡੀ ਖਰਾਬ ਹੁੰਦੀ ਹੈ ਤਾਂ ਅਸੀਂ ਉੱਥੇ ਪ੍ਰੋਪਰ ਪਹੁੰਚ ਕਰਕੇ ਠੀਕ ਕੀਤੀ ਜਾਊਗੀ। ਅਸੀਂ ਅਕਸਰ ਦੇਖਦੇ ਹਾਂ ਜਦੋਂ ਸ਼ਹੀਦੀ ਦਿਹਾੜੇ ਆਉਂਦੇ ਨੇ
ਤੇ ਹਰ ਕੋਈ ਅਲੱਗ ਢੰਗ ਦੇ ਨਾਲ ਆਪਾਂ ਗੱਲ ਕਰ ਰਹੀ ਲੰਗਰ ਦੀ ਸੇਵਾ ਕਰਦਾ, ਭਾਵੇਂ ਦੁੱਧ ਦੀ ਆਪਾਂ ਸੇਵਾ ਦੇਖਦੇ ਹਾਂ ਨੌਜਵਾਨਾਂ ਦੇ ਵੱਲੋਂ ਜਾਂ ਸੰਗਤ ਦੇ ਵੱਲੋਂ ਲਗਾਈ ਜਾਂਦੀ ਹੈ, ਇਹ ਜਿਹੜਾ ਨਵਾਂ ਉਪਰਾਲਾ ਕੀਤਾ ਗਿਆ ਕਿਸ ਤਰੀਕੇ ਨਾਲ ਦੇਖਦੇ ਹੋ ਅਸੀਂ? ਇਹ ਜੀ ਮਿਸ਼ਨ ਸੇਵਾ ਜੱਥਾ ਦੁਗਰੀ ਤੇ ਹਰਮਨ ਮੋਟਰ ਵੱਲੋਂ ਇੱਕ ਅਨੋਖਾ ਇਹ ਕਾਰਜ ਕੀਤਾ, ਉਹ ਸੰਗਤਾਂ ਦੇ ਸਹਿਯੋਗ ਨਾਲ ਕੀਤਾ। ਅਗਰ ਤੁਹਾਡੀ ਇਹ ਨਹੀਂ ਵੀ ਦਿਨੇ ਰਾਤ ਨੂੰ ਵੀ 1-2 ਵਜੇ 12 ਵਜੇ ਅਗਰ ਕੋਈ ਗੱਡੀ ਖਰਾਬ ਹੋ ਜਾਂਦੀ ਵੇਰਕਾ ਤੋਂ ਲੈ ਕੇ ਦੁਰਾਹੇ ਤੱਕ, ਤੇ ਸਾਡੀ ਹਰਮਨ ਮੋਟਰ ਵੱਲੋਂ ਅਸੀਂ ਹਰ ਪਹੁੰਚਾਂਗੇ। ਇਹ ਮੇਰਾ ਵੱਡਾ ਭਰਾ ਮਕੈਨਿਕ ਹੈ, ਥੋੜ੍ਹਾ ਬਹੁਤਾ ਮੈਨੂੰ ਵੀ ਕੰਮ ਆਉਂਦਾ। ਜੇ ਮੈਨੂੰ ਅੱਧੀ ਰਾਤੀ ਫੋਨ ਕਰੇਗਾ ਮਾਨ ਸਿੰਘ ਜਾਣਾ ਤੇ ਅਸੀਂ ਉਸ ਵੇਲੇ ਚੱਲਾਂਗੇ ਜੀ। ਆਪਾਂ ਬਿਲਕੁਲ ਬਕਾਇਦਾ ਗੱਡੀ ਠੀਕ ਕਰਕੇ ਆਵਾਂਗੇ। ਅਸੀਂ ਦੁਕਾਨ ਸਪੇਅਰ ਪਾਰਟ ਵਾਲਿਆਂ ਨੂੰ ਵੀ ਕਰਕੇ ਕੀਤੀ ਹੈ ਬਈ, ਬਾਈ ਦੀ ਵੇ ਸਾਨੂੰ ਰਾਤੀ ਕੋਈ ਸਮਾਨ ਦੀ ਲੋੜ ਪੈ ਜਾਂਦੀ ਹੈ, ਆਪਾਂ ਉਹਨੂੰ ਫੋਨ ਕਰਕੇ ਉਹਦੇ ਤੋਂ ਸਮਾਨ ਵੀ ਮੰਗਵਾ ਸਕਦੇ ਹਾਂ, ਜਿਹੜਾ ਕਿ ਅਗਲੇ ਦੀ ਗੱਡੀ ਠੀਕ ਹੋ ਜਾਏ, ਨਾਲ ਉਹਦਾ ਪਰਿਵਾਰ ਹੁੰਦਾ, ਛੋਟੇ ਛੋਟੇ ਬੱਚੇ ਹੁੰਦੇ ਨੇ, ਆਪਣਾ ਟਾਈਮ ਸਿਰ ਫਤਿਹਗੜ੍ਹ ਸਾਹਿਬ ਦੇ ਦਰਸ਼ਨ ਕਰਕੇ ਆਪਣੇ ਘਰਾਂ ਨੂੰ ਚਲੇ ਜਾਣ। ਅਸੀਂ ਅਕਸਰ ਦੇਖਦੇ ਹਾਂ ਜਦੋਂ ਕੋਈ ਹੁਣ ਮਤਲਬ ਕਾਫੀ ਲੰਬਾ ਰਸਤਾ ਹੈ, ਅਗਰ ਰਾਤ ਨੂੰ ਕੋਈ ਦੇਰ ਰਾਤ ਦੇ ਵਿੱਚ ਕੋਈ ਦਿੱਕਤ ਆਉਂਦੀ ਗੱਡੀ ਨੂੰ, ਤੇ ਇਹ ਤਾਂ ਬੜੀ ਵੱਡੀ ਸਮੱਸਿਆ ਆਉਂਦੀ ਜਦੋਂ ਬੰਦਾ ਪਰਿਵਾਰ ਦੇ ਨਾਲ ਹੁੰਦਾ, ਤੇ ਇਹ ਤੁਹਾਡੇ ਮਨ ਦੇ ਵਿੱਚ ਕਿਵੇਂ ਵਿਚਾਰ ਆਇਆ ਕਿ ਅਸੀਂ ਅਕਸਰ ਦੇਖਦੇ ਹਾਂ ਕਾਫੀ ਰਾਤ ਨੂੰ ਕੋਈ ਮਕੈਨਿਕ ਵਗੈਰਾ ਨਹੀਂ ਮਿਲਦਾ ਤੇ 24 ਘੰਟੇ ਤੁਸੀਂ ਅਵੇਲੇਬਲ ਹੁੰਦੇ ਹੋ? ਵੀਰ ਜੀ, ਇੱਕ ਗੱਲ ਇਹ ਹੈ, ਹਰਮਨ ਮੋਟਰ ਵੱਲੋਂ ਪਿਛਲੇ 3 ਸਾਲਾਂ ਤੋਂ ਇਹ ਸੇਵਾ ਕੀਤੀ ਜਾ ਰਹੀ ਹੈ, ਔਰ ਰਾਹੁਲ ਜੀ ਤੁਹਾਡੇ ਵਰਗੇ ਭਰਾਵਾਂ ਦੇ ਸਦਕਾ ਤੇ ਤੁਹਾਡੇ ਵਰਗੇ ਚੈਨਲਾਂ ਦੇ ਸਦਕਾ ਸਾਨੂੰ ਅੱਜ ਬਹੁਤ ਸਹਿਯੋਗ ਮਿਲ ਰਿਹਾ, ਔਰ ਸਾਨੂੰ ਸਹਿਯੋਗ ਮਿਲੇ ਔਰ ਅਸੀਂ 24 ਘੰਟੇ ਹਮੇਸ਼ਾ ਹਾਜ਼ਰ ਹਾਂ। ਪਹਿਲੀ ਗੱਲ ਤਾਂ ਅਸੀਂ ਇਕੱਲੀ 21 ਤੋਂ 28 ਤੱਕ ਨਹੀਂ, ਅਸੀਂ ਆਲਵੇਜ਼ 24 ਘੰਟੇ ਹਾਜ਼ਰ। ਜਦੋਂ ਅਸੀਂ ਸੇਵਾ ਤੁਸੀਂ ਸ਼ੁਰੂ ਕੀਤੀ ਸੀਗੀ ਤੇ ਉਦੋਂ ਕਿੰਨੇ ਕੁ ਜਿਹੜੇ ਨੌਜਵਾਨ ਜੁੜੇ ਸੀਗੇ ਤੇ ਹੁਣ ਕਿੰਨੇ ਕੁ ਜਿਹੜੇ ਨਾਲ ਟੀਮ ਹੋ ਗਈ? ਹਮੇਸ਼ਾ ਟੀਮ ਵਰਕ ਹੁੰਦਾ, ਇਕੱਲਾ ਤਾਂ ਬੰਦਾ ਕੁਝ ਨਹੀਂ ਕਰ ਸਕਦਾ। ਜੀ, ਜਦੋਂ ਅਸੀਂ 3 ਸਾਲ ਪਹਿਲੇ ਸ਼ੁਰੂ ਕੀਤੀ ਸੀ ਤੇ ਅਸੀਂ 5 ਜਾਣੇ ਸੀ, ਅੱਜ ਅਸੀਂ 21 ਤੋਂ 22 ਬੰਦੇ ਹੋ ਚੁੱਕੇ ਹੋਏ ਹਾਂ। ਔਰ ਮੈਂ ਹੱਥ ਜੋੜ ਇੱਕ ਬੇਨਤੀ ਕਰਦਾ, ਜਿਹੜਾ ਵੀ ਮਕੈਨਿਕ ਵੀਰ ਸਾਡੇ ਨਾਲ ਜੁੜਨਾ ਚਾਹੁੰਦਾ ਉਹ ਸਾਡਾ ਨੰਬਰ ਨੋਟ ਕਰ ਸਕਦਾ ਹੈ, 9517-66-1984 ਸਾਡਾ ਨੰਬਰ ਹੈ, ਹਰਮਨ ਵੀਰੇ ਦਾ ਨੰਬਰ 9646-78-78-16 ਸਾਡਾ ਨੰਬਰ ਹੈ। ਜੇ ਕਿਸੇ ਵੀਰ ਦੀ, ਦੁਬਾਰਾ ਫਿਰ ਕਹਿ ਦਿਆਂ, ਜੇ ਕਿਸੇ ਵੀਰ ਦੀ ਗੱਡੀ ਖਰਾਬ ਹੁੰਦੀ ਹੈ ਤੇ ਅਸੀਂ ਉਹਦੀ ਉੱਥੇ ਹੀ ਪਹੁੰਚ ਕੇ ਉਹਨੂੰ ਸਰਵਿਸ ਫ੍ਰੀ ਕੀਤੀ ਜਾਊ। ਤੇ ਇਹ ਜਿਵੇਂ ਹਰਮਨ ਜੀ ਕੀ ਕਹਿਣਾ ਚਾਹੋਗੇ, ਜਿਹੜੀ ਇਹ ਸੇਵਾ ਤੁਸੀਂ ਕਰਦੇ ਹੋ ਤੇ ਹੁਣ ਤੱਕ ਕਿੰਨੇ ਕੁ ਮਤਲਬ ਨੌਜਵਾਨ ਆਏ ਨੇ ਜਾਂ ਗੱਡੀ ਸਹੀ ਕਰਾਉਂਦੇ ਆ ਵੀ 2-ਵੀਲਰ ਹੈ ਉਹ ਖਰਾਬ ਹੋ ਗਿਆ, ਤੁਸੀਂ ਕਿਸ ਤਰੀਕੇ ਨਾਲ ਮਤਲਬ ਕਿ ਉੱਥੇ ਪਹੁੰਚ ਕਰਦੇ ਹੋ ਜਾਂ ਉਹ ਤੁਹਾਡੇ ਨਾਲ ਕਿਵੇਂ ਮਤਲਬ ਕਿ ਟਾਈ ਅਪ ਕਰਦੇ ਨੇ? ਸੋਸ਼ਲ ਮੀਡੀਆ ਤੇ ਜ਼ਿਆਦਾ ਫੋਨ ਆ ਰਹੇ ਆ ਮੈਨੂੰ ਤਾਂ, ਅੱਜ ਦੇ ਦਿਨ ਦੇ ਵਿੱਚ ਘੱਟੋ ਘੱਟ 20 ਫੋਨ ਆ ਚੁੱਕੇ ਹੋਣੇ ਮੈਨੂੰ ਵੀ ਅਸੀਂ ਆਪਣਾ ਗੱਡੀ ਠੀਕ ਕਰਾਉਣੀ ਹੈ, ਇੱਦਾਂ ਕਰਨਾ ਹੈ, ਸਾਰਿਆਂ ਨੇ ਆਪਣਾ ਫੋਨ ਮੈਨੂੰ ਆ ਚੁੱਕੇ 20 ਤੋਂ 25। ਅੱਜ ਮੈਨੂੰ ਇੱਕ ਮੋਗੇ ਤੋਂ ਬਦਨੀ ਕਲਾਂ ਤੋਂ ਮੈਨੂੰ ਫੋਨ ਆਇਆ ਵੀ ਉਹਨਾਂ ਨੇ ਸਾਡੀ ਐਡ ਦੇਖੀ ਹੈ, ਐਡ ਦੇਖਣ ਤੋਂ ਬਾਅਦ ਕਹਿੰਦੇ ਅਸੀਂ ਗੱਡੀ ਤੁਹਾਡੇ ਕੋਲ ਹੀ ਠੀਕ ਕਰਾਉਣੀ। ਉਹਨਾਂ ਨੇ ਮੇਰੇ ਕੋਲ 1 ਜਾਂ 2 ਦਿਨ ਦੇ ਵਿੱਚ ਵਿਜ਼ਿਟ ਕਰਨਾ ਉਹਨਾਂ ਨੇ ਦੁਕਾਨ ਤੇ ਮੇਰੀ। ਸੋ ਸਾਡੇ ਨਾਲ ਹੋਰ ਵੀ ਜਿਹੜੇ ਨੌਜਵਾਨ ਨੇ ਉਹ ਮੌਜੂਦ ਨੇ, ਤੁਸੀਂ ਇਹ ਸੇਵਾ ਨੂੰ ਕਿਸ ਤਰੀਕੇ ਦੇ ਦਿਓ ਜੀ? ਜੇ ਇਹ ਆਪਾਂ ਗੱਲ ਕਰੀਏ, ਹਰ ਕੋਈ ਅਲੱਗ ਅਲੱਗ ਢੰਗ ਦੇ ਨਾਲ ਜਿਹੜਾ ਸੇਵਾ ਕਰਦਾ ਤੇ ਇਹ ਜਿਹੜੀ ਸੇਵਾ ਇਹ ਵੀ ਮਤਲਬ ਕਿ ਬਹੁਤ ਵੱਡੀ ਸੇਵਾ, ਕੀ ਕਹਿਣਾ ਚਾਹੋਗੇ? ਸਰ ਸੇਵਾ ਦਾ ਵੀ ਜੀ ਇੱਦਾਂ ਆ, ਦੇਖੋ ਹਰ ਬੰਦਾ ਇਹਨਾਂ ਇਹ ਆਪਣਾ ਮਹੀਨਾ ਤੁਹਾਡੇ ਲਈ, ਸਾਨੂੰ ਸਭ ਨੂੰ ਪਤਾ ਜਿਵੇਂ ਕਿ ਸੋਗ ਦਾ ਮਹੀਨਾ, ਤੋ ਸੰਗਤ ਵੱਧ ਤੋਂ ਵੱਧ ਆਪਣੇ ਪਰਿਵਾਰਾਂ ਦੇ ਨਾਲ ਗੁਰੂ ਸਾਹਿਬ ਦੇ ਸ਼ਬਜ਼ਾਦਿਆਂ ਨੂੰ ਯਾਦ ਕਰਦੀ ਹੈ, ਉੱਥੇ ਜ਼ਰੂਰ ਜਾਂਦੀ ਹੈ। ਅਤੇ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਹਰ ਬੰਦਾ ਆਪਣੇ ਲੈਵਲ 'ਤੇ ਕੋਈ ਦੁੱਧ ਦਾ, ਕੋਈ ਚਾਹ ਦਾ, ਕੋਈ ਪ੍ਰਸ਼ਾਦੇ ਪਾਣੀ ਦਾ ਲੰਗਰ ਕਰਦਾ ਹੈ, ਤੋ ਸਾਡੇ ਹਰਮਨ ਵੀਰ ਵੱਲੋਂ ਇਹ ਸੇਵਾ ਦਾ ਸਾਡੇ ਵਿਚਾਰ ਬਣਿਆ ਸੀਗਾ 2-3 ਸਾਲ ਪਹਿਲਾਂ ਕਿ ਯਾਰ ਆਪਾਂ ਵੀ ਆਪਣਾ ਦਸਵੰਧ ਕੱਢੀਏ, ਅਤੇ ਉਹਨਾਂ ਨੇ ਫਿਰ ਮੋਟਰ ਦਾ ਬਣਾਇਆ ਅਤੇ ਸਾਨੂੰ ਵੀ ਚੰਗਾ ਲੱਗਿਆ ਕਿ ਇੱਕ ਵੱਖਰਾ ਨਿਵੇਕਲਾ ਜਿਹਾ ਪ੍ਰਬੰਧ ਹੈ ਕਿ ਰਾਹ ਦੇ ਵਿੱਚ ਹੁਣ ਜ਼ਰੂਰੀ ਨਹੀਂ ਕਿ ਗੱਡੀਆਂ ਵਾਲੇ ਮੋਟਰਸਾਈਕਲ ਵੀਰ ਖਰਾਬ ਹੁੰਦੇ ਨੇ, ਕਈ ਵਾਰ ਕਿ ਬਾਈਕ ਵਾਲਾ ਵੀ ਰਾਤ ਨੂੰ ਕਈ ਵਾਰ ਫੋਨ ਕਰ ਲੈਂਦਾ ਕਿ ਭਾਅ ਜੀ ਬਾਈਕ ਬੰਦ ਹੋ ਗਿਆ ਜਾਂ ਸਟਾਰਟ ਨਹੀਂ ਹੋ ਰਿਹਾ, ਧੁੰਦ ਪੈ ਜਾਂਦੀ ਹੈ, ਸਾਨੂੰ ਫੋਨ ਵੀ ਆ ਜਾਂਦਾ। ਟਿੱਬੇ ਪਿੰਡ ਤੋਂ ਇੱਕ ਲਾਸਟ ਕਾਲ ਆਈ ਸੀਗੀ ਵੀਰੇ ਨੇ ਦੱਸਿਆ
ਤੇ ਉਸ ਟਾਈਮ ਫਿਰ ਅਸੀਂ ਗਏ ਉਹ ਬਾਈ ਰਸਟਾਲ ਚੱਲਦਾ ਕਰਕੇ ਆਏ, ਬਾਈ ਮਿਲਿਆ, ਉਹਨੇ ਦੱਸਿਆ ਵੀ ਇੱਦਾਂ ਤਾਂ ਮੇਰਾ ਇੱਥੇ ਬੰਦ ਹੋ ਗਿਆ ਬਾਈਕ। ਤੋਂ ਚੰਗੀ ਸੇਵਾ ਹੈ ਕਿ ਮੈਂ ਤਾਂ ਕਹਿੰਦਾ ਕਿ ਹਰ ਇੱਕ ਨੌਜਵਾਨ ਨੂੰ ਆਪਣੇ ਲੈਵਲ 'ਤੇ ਜ਼ਰੂਰੀ ਨਹੀਂ ਕਿ ਸਾਡੇ ਨਾਲ ਜੁੜ ਕੇ, ਅਗਰ ਕੋਈ ਵੱਡੇ ਲੈਵਲ 'ਤੇ ਵੀ ਕਰਨਾ ਚਾਹੁੰਦਾ ਹੋਰ ਵੀ ਆਪਣਾ ਕਰੇ, ਪਰ ਇਹ ਚੀਜ਼ ਕਰਨੀ ਚਾਹੀਦੀ ਇਹਨਾਂ ਦਿਨਾਂ ਦੇ ਵਿੱਚ ਆਪਣੇ ਹਰ ਇੱਕ ਸਿੱਖ ਭਾਈਚਾਰੇ ਨੂੰ ਵੱਧ ਤੋਂ ਵੱਧ ਯੋਗਦਾਨ ਆਪਣਾ ਦਸਵੰਧ ਰੂਪ 'ਚ ਕੱਢਣਾ ਜ਼ਰੂਰ ਚਾਹੀਦਾ। ਇਸ਼ੂ ਜੀ ਆਪਾਂ ਗੱਲ ਕਰੀਏ, ਕਈ ਵਾਰ ਅੱਧਾ ਵੀ ਹੋਇਆ ਮਤਲਬ ਕਿ ਕਿਸੇ ਦੀ ਗੱਡੀ ਖਰਾਬ ਹੋ ਗਈ, ਮਤਲਬ ਜ਼ਿਆਦਾ ਵੱਡਾ ਫਾਲਟ ਹੋ ਗਿਆ, ਅਤੇ ਉਹ ਮਤਲਬ ਕਿਸ ਤਰੀਕੇ ਤੁਸੀਂ ਮੈਨੇਜ ਕਰਦੇ ਹੋ ਫਿਰ? ਵੀਰ ਜੀ ਮੈਂ ਤੁਹਾਨੂੰ ਫਿਰ ਦੱਸਦਿਆਂ, 500,000 ਤੱਕ ਅਸੀਂ ਕਰ ਸਕਦੇ ਹਾਂ, ਔਰ ਉਸ ਤੋਂ ਉੱਪਰ ਤੁਹਾਡੇ ਵਰਗੀਆਂ ਸੰਗਤਾਂ ਦੇ ਸਹਿਯੋਗ ਦੇ ਸਦਕਾ ਅਸੀਂ ਗੱਡੀ ਪ੍ਰੋਪਰ ਉਹਦੀ ਠੀਕ ਕਰਨ ਦੇ ਹੱਕਦਾਰ ਹਾਂ। ਜੇ ਜ਼ਿਆਦਾ ਹੀ ਵੱਡਾ ਫਾਲਟ ਆ, ਜਿਵੇਂ ਇੰਜਨ ਦਾ ਫਾਲਟ ਹੋ ਗਿਆ, ਕਿਸੇ ਦੀ ਕਲੱਚ ਪਲੇਟਾਂ ਪੈਣੀਆਂ, ਜਿਹੜਾ ਬੰਦਾ ਪਿੱਛੋਂ ਹੀ ਪ੍ਰੋਬਲਮ ਲੈ ਕੇ ਆਇਆ, ਤਾਂ ਉਹਦੇ ਵਾਸਤੇ ਤਾਂ ਫਿਰ ਸੋਚਣਾ ਪਊਗਾ। ਜਾਂ ਤਾਂ ਜਿਹੜੀ ਅਸੀਂ ਉਸ ਚੀਜ਼ ਦੀ ਰੱਖੀ ਆ ਵੀ ਜਿਵੇਂ ਨੋਰਮਲ ਆਪਾਂ ਘਰ ਇੱਧਰੋਂ ਨਿਕਲਦੇ ਹਾਂ, ਕੋਈ ਟੈਕਨੀਕਲ ਪ੍ਰੋਬਲਮ ਮੌਕੇ ਤੇ ਪੈ ਸਕਦਾ, ਅਸੀਂ ਉਹ ਮੌਕੇ ਦੇ ਹੱਲ ਕਰੋਗੇ। ਗੁਰੂ ਸਾਹਿਬ ਦੇ ਜਿਹੜੇ ਘਰ ਤੱਕ ਪਹੁੰਚਣ ਤੱਕ ਤੁਸੀਂ ਕਰੋਗੇ? ਗੁਰਦੁਆਰਾ ਫਤਿਹਗੜ੍ਹ ਸਾਹਿਬ ਤੱਕ ਅਸੀਂ ਪਹੁੰਚਣ ਦੇ, ਉਸ ਤੋਂ ਬਾਅਦ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਫਤਿਹਗੜ੍ਹ ਸਾਹਿਬ ਤੋਂ ਘਰ ਤੱਕ ਵੀ ਪਹੁੰਚਣ ਦੇ ਅਸੀਂ ਪੂਰੇ ਸਫਲ ਰਵਾਂਗੇ। ਕਦੀ ਇੱਦਾਂ ਹੁੰਦਾ ਤੁਸੀਂ ਆਰਾਮ ਨਾਲ ਘਰ ਦੇ ਵਿੱਚ ਆਰਾਮ ਕਰਦੇ ਹੋ, ਰਾਤੀ 2-3 ਵਜੇ ਤੁਹਾਨੂੰ ਕੋਲ ਆਈ ਹੋਵੇ ਹਰਮਨ ਜੀ ਜਾਂ ਈਸ਼ੂ ਜੀ, ਇਹ ਪ੍ਰੋਬਲਮ ਆਈ ਗੱਡੀ ਦੇ ਵਿੱਚ, ਤੁਸੀਂ ਕਿੰਨੀ ਦੇਰ ਤੱਕ ਸਾਡੇ ਤੱਕ ਪਹੁੰਚ ਲਓ, ਸਾਡਾ ਪਰਿਵਾਰ ਨਾਲ ਆ, ਕਦੀ ਹੋਇਆ ਇੱਦਾਂ? ਵੀਰ ਜੀ ਸਾਨੂੰ ਪਿਛਲੇ ਸਾਲ ਇਹੀ ਪ੍ਰੋਬਲਮ ਆਈ ਸੀ, ਔਰ ਰਾਤੀ ਸਾਨੂੰ 3:45 ਵਜੇ ਸਾਨੂੰ ਕਾਲ ਆਈ ਸੀ, ਔਰ ਅਸੀਂ ਦੋਨੇ ਬ੍ਰਦਰ ਆਪਣੀ ਗੱਡੀ ਚੱਕੀ ਅਤੇ ਅਸੀਂ ਉਹਨਾਂ ਕੋਲ ਪਹੁੰਚ ਕੀਤੀ, ਔਰ ਉਹ ਸਾਨੂੰ ਹੱਥ ਜੋੜਦਿਆਂ ਨਹੀਂ ਥੱਕਦੇ ਸੀ, ਔਰ ਸਾਨੂੰ ਪੇਟ ਦੱਸ ਰਹੇ ਸੀ ਵੀ ਤੁਸੀਂ ਦੱਸੋ ਪੇਟ, ਕਿਉਂਕਿ ਜਿਹੜੇ ਬੰਦੇ ਨੂੰ ਰਾਤ ਨੂੰ ਮਕੈਨਿਕ ਨਹੀਂ ਲੱਭਣਾ ਉਹ ਤਾਂ ਪੇਟ ਪੁੱਛੂਗਾ ਵੀ ਤੁਹਾਨੂੰ ਸੇਵਾ ਦੱਸੋ ਕਿੰਨੀ ਚਾਹੀਦੀ ਹੈ। ਅਤੇ ਅਸੀਂ ਉਹਨਾਂ ਨੂੰ ਸਾਫ਼ ਕਿਹਾ ਵੀ ਇਹ ਬਿਲਕੁਲ ਮੁਫ਼ਤ ਸੇਵਾ ਹੈ, ਇਹਦੇ ਵਾਸਤੇ ਜਿਹੜਾ ਤੁਸੀਂ ਇੱਥੇ ਸੇਵਾ ਦੇਣੀ ਹੈ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਜਾ ਕੇ। ਗੱਲ ਕਰੀਏ ਇਹ, ਅਗਰ ਕੋਈ ਨੌਜਵਾਨ ਤੁਹਾਡੇ ਨਾਲ ਜੁੜਨਾ ਚਾਹੁੰਦਾ ਹੈ ਤਾਂ ਉਹਨਾਂ ਨੌਜਵਾਨ ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ ਤਾਂ ਕਿ ਸੇਵਾ ਦੇ ਵਿੱਚ ਵੱਧ ਤੋਂ ਵੱਧ ਜਿਹੜਾ ਯੋਗਦਾਨ ਉਹ ਪਾਇਆ ਜਾ ਸਕੇ? ਵੀਰ ਜੀ ਸਾਡੇ ਨਾਲ ਜਿਹੜਾ ਨੌਜਵਾਨ ਜੁੜਨਾ ਚਾਹੁੰਦਾ ਉਹ ਸਾਡਾ ਨੰਬਰ ਅਸੀਂ ਜਾਰੀ ਕਰਤਾ ਹੋਇਆ, ਜੇ ਦੁਬਾਰਾ ਫਿਰ ਨੰਬਰ ਜਾਰੀ ਕਰ ਦਿੰਦਾ, 9517-6864 ਸਾਡੀ ਸੰਸਥਾ ਦਾ ਨਾਮ, ਮਿਸ਼ਨ ਸੇਵਾ ਜਥਾ ਦੁਗਦੀ ਸਾਡੀ ਸੰਸਥਾ ਦਾ ਨਾਮ ਹੈ। ਜੇ ਕੋਈ ਵੀਰ ਸਾਡੇ ਨਾਲ ਜੁੜਨਾ ਚਾਹੁੰਦਾ ਤਾਂ ਅਸੀਂ ਹਮੇਸ਼ਾ ਉਸ ਦੇ ਨਾਲ ਰਵਾਂਗੇ, ਔਰ ਚੰਗਾ ਬੰਦਾ ਜਦੋਂ ਸਾਨੂੰ ਲੋੜ ਹੋਊਗੀ ਤਾਂ ਅਸੀਂ ਹਮੇਸ਼ਾ ਹਾਜ਼ਰ ਹਾਂ। ਇੱਕ ਹੋਰ ਗੱਲ ਦੱਸ ਦਿਆਂ, ਜਿਹੜੀ ਕੌਮ ਆਪਣੀ ਵਿਰਾਸਤ ਨੂੰ ਭੁੱਲ ਜਾਂਦੀ ਹੈ ਉਹ ਅੱਜ ਨਹੀਂ ਜਿਉਂਦੀ ਰਹਤੀ ਅਤੇ ਨਾ ਹੀ ਕੱਲ੍ਹ ਜਿਉਂਦੀ ਰਹਿੰਦੀ ਹੈ, ਉਹਨਾਂ ਨੂੰ ਆਪਣੀ ਕੌਮ ਦੇ ਪ੍ਰਤੀ ਔਰ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਜ਼ਰੂਰ ਦਰਸ਼ਨ ਦੇਣੇ ਚਾਹੀਦੇ। ਮਨ ਨੂੰ ਸਕੂਨ ਮਿਲਦਾ ਅਤੇ ਤੁਸੀਂ ਸੇਵਾ ਨਿਭਾ ਰਹੇ ਹੋ? ਮਨ ਨੂੰ ਤਾਂ ਤੁਸੀਂ ਪੁੱਛੋ ਹੀ ਨਾ ਰਾਹੁਲ ਜੀ, ਜਿੰਨਾ ਸਕੂਨ ਸਾਨੂੰ ਮਿਲ ਰਿਹਾ, ਔਰ ਸਾਨੂੰ ਐਂ ਨਹੀਂ ਲੱਗ ਰਿਹਾ ਵੀ ਰਾਤੀ ਸਾਨੂੰ 3 ਵਜੇ ਕਾਲ ਆਊਗੀ ਅਤੇ ਅਸੀਂ ਕੀ ਜਵਾਬ ਦੇਵਾਂਗੇ, ਕਿਉਂਕਿ ਤੁਹਾਡੇ ਵਰਗੇ ਪੱਤਰਕਾਰ ਭਾਈਚਾਰੇ ਨੇ ਸਾਡੀ ਇਸ ਵੀਡੀਓ ਨੂੰ ਸੰਗਤ ਤੱਕ ਪਹੁੰਚਾਇਆ, ਔਰ ਸੰਗਤਾਂ ਨੇ ਬਹੁਤ ਸਹਿਯੋਗ ਦਿੱਤਾ ਸ਼ੇਅਰ ਕਰਕੇ, ਔਰ ਸਾਨੂੰ ਬਹੁਤ ਵੱਡਾ ਸਕੂਨ ਮਿਲ ਰਿਹਾ ਕਿਉਂਕਿ ਸਾਨੂੰ ਸੇਵਾ ਕਰਨ ਦਾ ਮੌਕਾ ਮਿਲ ਰਿਹਾ। ਆਪਾਂ ਗੱਲ ਕਰੀਏ ਕਿੰਨੇ ਕੁ ਨੌਜਵਾਨ ਤੁਹਾਡੇ ਨਾਲ ਜੁੜ ਚੁੱਕੇ ਨੇ ਅਤੇ ਕਿਵੇਂ ਤੁਸੀਂ ਡਿਊਟੀਆਂ ਲਈਆਂ, ਦਿਨ ਵਾਲੀ ਡਿਊਟੀ ਇਹ ਕਰੂਗਾ ਅਤੇ ਰਾਤ ਵਾਲੀ ਡਿਊਟੀ ਇਹ ਕਰੂਗਾ? ਵੀਰ ਜੀ ਇੱਕ ਤਾਂ ਦੱਸ ਦਿਆਂ, 21 ਤਰੀਕ ਤੋਂ ਲੈ ਕੇ 28 ਤਰੀਕ ਤੱਕ ਦੁੱਧ ਦਾ ਲੰਗਰ ਅਸੀਂ ਇਸੇ ਹੀ ਜਗ੍ਹਾ 'ਤੇ ਲਾਉਣ ਜਾ ਰਹੇ ਹਾਂ, ਔਰ ਉਸ ਤੋਂ ਬਾਅਦ 24 ਤਰੀਕ ਨੂੰ ਬਹੁਤ ਵੱਡੇ ਪੱਧਰ ਦੇ ਉੱਪਰ ਇੱਥੇ ਗੁਰੂ ਕਾ ਲੰਗਰ ਲੱਗਣ ਜਾ ਰਿਹਾ। ਅਤੇ ਸਾਡੇ ਨਾਲ ਜਦੋਂ ਅਸੀਂ ਤੁਹਾਨੂੰ, ਮੈਂ ਰਾਹੁਲ ਜੀ ਪਹਿਲੇ ਵੀ ਦੱਸਿਆ, ਜਦੋਂ ਅਸੀਂ ਤੁਰੇ ਸੀ ਅਤੇ ਅਸੀਂ 5 ਜਣੇ ਸੀ, ਅੱਜ ਸੁੱਖ ਨਾਲ ਅਸੀਂ 22-23 ਜਾਣੇ ਹਾਂ, ਔਰ ਸਾਰੇ ਹੀ 24 ਹੋਵਰਸ ਅਸੀਂ ਹਮੇਸ਼ਾ ਹਾਜ਼ਰ ਹਾਂ, 24 ਹਾਵਰਸ ਲਈ ਅਸੀਂ ਹਾਜ਼ਰ ਹਾਂ। ਇਹ ਜਿਹੜੀ ਤੁਸੀਂ ਸੇਵਾ ਕਰ ਰਹੇ ਹੋ, ਨਿਰੰਤਰ ਸੇਵਾ ਕਰ ਰਹੇ ਹੋ, ਇਹ ਤਾਂ ਗੁਰੂ ਸਾਹਿਬ ਦੀ ਮਿਹਰ ਨਾਲ ਹੀ ਹੋ ਸਕਦੀ ਹੈ। ਮਹਾਰਾਜ ਜੀ ਕਰਵਾ ਰਹੇ ਆ ਜੀ, ਦੇਖੋ ਕਰਨ ਵਾਲੇ ਆਪਾਂ ਕੀ ਆ, ਉਹਨਾਂ ਦਾ ਬਖਸ਼ਿਆ ਸਾਰਾ ਕੁਛ ਹੈ, ਸਾਰੀਆਂ ਦਾਤਾਂ ਉਹਨਾਂ ਵੱਲੋਂ ਹੀ ਨੇ। ਤੋ ਜਿਹੜੀ ਤੁਸੀਂ ਵੀਰੇ ਨੂੰ ਗੱਲ ਪੁੱਛੀ ਕਿ ਤੁਸੀਂ ਕਿੱਦਾਂ ਕੰਮ ਕਰਦੇ ਹੋ, ਸਾਡੇ ਵੱਲੋਂ ਵੀ ਜੀ ਟੀਮਾਂ ਬਣਾਈਆਂ ਹੋਈਆਂ ਨੇ, ਇਹ 5-5 ਜਾਂ ਬੰਦਿਆਂ ਦਾ, 3-3 ਬੰਦਿਆਂ ਦਾ ਗਰੁੱਪ ਆ, ਅਤੇ ਸਾਨੂੰ ਰਾਤ ਨੂੰ ਕਦੇ ਕਾਲ ਵੀ ਆ ਨਾ, ਸਾਨੂੰ ਇਹ ਨਹੀਂ ਲੱਗਦਾ ਕਿ ਕਾਲ ਆ ਗਈ, ਅਸੀਂ ਵੈਸੇ ਵੀ ਹੱਸਦੇ ਖੇਡਦੇ ਬੈਠੇ ਗੱਲਾਂ ਮਾਰਦੇ ਰਹਿੰਦੇ ਹਾਂ, ਤਾਂ ਈਜ਼ੀਲੀ ਸਾਨੂੰ ਕੋਈ ਦਿੱਕਤ ਨਹੀਂ ਹੁੰਦੀ, ਕੋਈ ਇੱਦਾਂ ਦਾ ਨਹੀਂ ਹੈ। 10 ਰਾਤ ਨੂੰ ਮਤਲਬ ਈਵਨ ਆਹ ਰੋਡ ਤੁਹਾਡੇ ਸਾਹਮਣੇ, ਇੱਥੇ ਹੀ ਆਪਣਾ ਲੰਗਰ ਵੀ ਲੱਗਣਾ,
ਪਰ ਇੱਥੋਂ ਹੀ ਸਾਰਿਆਂ ਨੇ ਪਾਸ ਹੋ ਕੇ ਜਾਣਾ ਮੋਗੇ ਬਦਨੀ ਦੇ ਜਿੰਨੇ ਵੀ ਸੰਗਤ ਲੰਘਣਾ ਇਹੀ ਰੋਡ ਤੋਂ ਲੰਘਣਾ, ਲੰਗਰ ਇੱਥੋਂ ਹੀ ਲੱਗਣਾ। ਇਹ ਤੁਹਾਨੂੰ ਦੱਸ ਦਈਏ ਜਿਹੜਾ ਹੱਥ ਦੇ ਵਿੱਚ ਹੈ ਇਸ ਨੌਜਵਾਨ ਦੇ ਵੱਲੋਂ ਜਿਹੜਾ ਪੈਂਫਲੇਟ ਹੈ ਪਕੜਿਆ ਹੋਇਆ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ, ਇਹ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਜਿੰਨੀਆਂ ਵੀ ਸੰਗਤਾਂ ਗੁਰਦੁਆਰਾ ਸਾਹਿਬ ਫਤਿਹਗੜ੍ਹ ਸਾਹਿਬ ਨੂੰ ਜਾਂਦੀਆਂ ਨੇ, ਅਤੇ ਅਗਰ ਰਸਤੇ ਦੇ ਵਿੱਚ 2 ਵਹੀਕਲ ਜਾਂ ਗੱਡੀ 4-ਵੀਲਰ ਆ ਉਹ ਖਰਾਬ ਹੋ ਜਾਂਦਾ, ਉਹਨਾਂ ਦੇ ਲਈ ਇਹ ਨੌਜਵਾਨ ਹਮੇਸ਼ਾ ਤਿਆਰ ਬਰ ਤਿਆਰ ਬੈਠੇ ਨੇ। ਅਗਰ ਕਿਸੇ ਵੀ ਵਕਤ ਕਿਸੇ ਨੂੰ ਲੋੜ ਪੈਂਦੀ ਹੈ ਤਾਂ ਇਸ ਸੰਸਥਾ ਦੇ ਨਾਲ ਆ ਜਿਹੜਾ ਇਹ ਟਾਈਅਪ ਹੈ ਉਹ ਕਰ ਸਕਦਾ। ਤੁਹਾਨੂੰ ਦੱਸ ਦਈਏ ਵੇਰਕਾ ਪਲਾਂਟ ਤੋਂ ਲੈ ਕੇ ਹਾਈਵੇ ਦੀ ਗੱਲ ਕਰੀਏ ਵੇਰਕਾ ਤੋਂ ਲੈ ਕੇ ਦੁਰਾਹੇ ਤੱਕ ਇਹ ਨੌਜਵਾਨ ਤੁਹਾਨੂੰ ਇਸੇ ਰੋਡ ਦੇ ਉੱਤੇ ਮਿਲਣਗੇ, ਕਿਸੇ ਨਾ ਕਿਸੇ ਦੀ ਜਿਹੜੀ ਗੱਡੀ ਹੈ ਉਹ ਸਹੀ ਕਰਦੇ ਹੋਏ ਮਿਲਣਗੇ। ਮੈਂ ਰਾਓ ਰੋੜਾ, PTC ਨਿਊਜ਼, ਲੁਧਿਆਣਾ।